ਇਹ ਕਹਾਣੀ ਸ਼ੁਰੂ ਹੁੰਦੀ ਹੈ ਪਾਕਿਸਤਾਨ ਦੇ ਇੱਕ ਡੂੰਘੇ ਜਿਹੇ ਸ਼ਹਿਰ ਮੰਡੀ ਬਾਵਲ ਦੀਨ ਤੋਂ। ਚਲੋ ਸ਼ੁਰੂ ਤੋਂ ਸ਼ੁਰੂ ਕਰਨੀ ਆ। ਇਹ ਸ਼ੁਰੂ ਹੁੰਦੀ ਹੈ 2001 ਤੋਂ ਕਹਾਣੀ ਕਿ ਸ਼ਹਿਰ ਮੰਡੀ ਬਾਵਲ ਦੀਨ ਦੇ ਵਿੱਚ ਇੱਕ ਅਰਸ਼ਦ ਨਾਂ ਦਾ ਬੰਦਾ ਰਹਿੰਦਾ ਸੀ ਜਿਸ ਟਾਈਮ ਟਰੈਵਲ ਮਸ਼ੀਨ ਬਣਾਈ ਤੇ ਜਿਹਦੇ ਉੱਤੇ ਬਹੁਤ ਜ਼ਿਆਦਾ ਕਰਜ਼ਾ ਸੀ। ਉਸ ਆਖਿਆ ਕਿ ਮੈਂ ਫਿਊਚਰ ਵਿੱਚ ਜਾਣ ਦਾ ਉੱਥੋਂ ਪੈਸੇ ਲੈ ਕੇ ਤੇ ਵਾਪਸ ਆਵਾਂਗਾ ਤੇ ਉਸ ਆਪਣੀ ਬੀਵੀ ਨੂੰ ਆਖਿਆ ਕਿ ਜੇ ਮੈਂ ਵਾਪਸ ਨਾ ਆਇਆ ਤੇ ਮੇਰੇ ਬੱਚੇ ਅਮਾਦ ਦਾ ਧਿਆਨ ਰੱਖੀ। ਪਰ ਇਸ ਗੱਲ ਨੂੰ 2 ਦਿਨ ਗੁਜ਼ਰ ਗਏ ਤੇ ਉਹਨੂੰ ਪਤਾ ਲੱਗਾ ਕਿ ਅਰਸ਼ਦ ਹੁਣ ਕਦੀ ਵੀ ਨਹੀਂ ਵਾਪਸ ਆਉਣ ਲੱਗਾ ਤੇ ਫਿਰ ਉਹਦੀ ਬੀਵੀ ਅਮਾਦ ਦਾ ਇਕੱਲੇ ਖਿਆਲ ਰੱਖਿਆ ਸੀ। ਟਾਈਮ ਦੇ ਨਾਲ ਨਾਲ ਮਾਦ ਵੱਡਾ ਹੁੰਦਾ ਰਿਹਾ ਕਿਉਂਕਿ ਉਬਲੇ ਆਲੂ ਖਾਂਦਾ ਸੀ ਨਾ ਤਾਂ ਵਾਸਤੇ। ਉਹਦੀ ਮਾਂ ਮਾਦ ਨੂੰ ਵੱਡਿਆਂ ਕਰਕੇ ਸਾਇੰਸਦਾਨ ਬਣਾਇਆ ਤੇ ਉਹਦੀ ਸ਼ਾਦੀ ਕਰ ਦਿੱਤੀ ਤੇ ਉਹਦਾ ਹੁਣ ਮਾਦ ਦਾ ਅੱਗੋਂ ਵੀ ਇੱਕ ਬੇਟਾ ਹੈ ਜਿਹਦਾ ਨਾਂ ਹੈ ਫਾਦ ਤੇ ਇਹ ਦੋਵੇਂ ਪਿਓ ਪੁੱਤਰ ਹੁਣ ਬੜੀ ਸਲੂਕ ਨਾਲ ਰਹਿੰਦੇ ਨੇ ਤੇ ਇਹਦੀ ਅੰਮਾ ਇਹਨੂੰ ਸਾਇੰਸਦਾਨ ਸਿਰਫ ਇੱਕ ਹੀ ਮਕਸਦ ਵਾਸਤੇ ਬਣਾਇਆ ਸੀ। ਮੇਰੀ ਮਾਂ ਮਤਲਬ ਤੇਰੀ ਦਾਦੀ ਨਕਮਿਆ ਗੱਲ ਸੁਣ ਕਿ ਉਸ ਆਖਿਆ ਤੁਸਾਂ ਵੀ ਟਾਈਮ ਟਰੈਵਲ ਮਸ਼ੀਨ ਬਣਾ ਕੇ ਨਾ ਕਿ ਤੂੰ ਆਪਣੇ ਅੱਬੂ ਨੂੰ ਮਤਲਬ ਕਿ ਤੇਰੇ ਦਾਦੇ ਨੂੰ ਵਾਪਸ ਲੈ ਕੇ ਆਉਣਾ ਤੇ ਤੈਨੂੰ ਪਤਾ ਮੈਂ ਕਈ ਸਾਲਾਂ ਤੋਂ ਟਾਈਮ ਟਰੈਵਲ ਮਸ਼ੀਨ ਬਣਾ ਰਿਹਾ ਤੇ ਟਾਈਮ ਟਰੈਵਲ ਮਸ਼ੀਨ ਮੈਂ ਕਾਮਯਾਬੀ ਨਾਲ ਬਣਾ ਲਈਏ ਤੇ ਹੁਣ ਮੈਂ ਟਾਈਮ ਟਰੈਵਲ ਕਰਕੇ ਫਿਊਚਰ ਵਿੱਚ ਜਾਣਾ ਹੈ ਤੇ ਤੇਰੇ ਦਾਦੇ ਯਾਨੀ ਕਿ ਆਪਣੇ ਅੱਬੂ ਨੂੰ ਵਾਪਸ ਲੈ ਕੇ ਆਉਣਾ ਤੇ ਤੂੰ ਇੱਥੇ ਹੀ ਮੇਰਾ ਇੰਤਜ਼ਾਰ ਕਰਨਾ ਤੇ ਮੈਂ ਜਾਵਾਂਦਾ ਇਕੱਲਾ ਕਿਉਂਕਿ ਇੰਜ ਨਾ ਹੋਵੇ ਕਿ ਜਿਵੇਂ ਮੇਰਾ ਅੱਬਾ ਵਾਪਸ ਨਹੀਂ ਆਇਆ ਇੰਜ ਮੈਂ ਵੀ ਮਤੇ ਵਾਪਸ ਨਾ ਆਵਾਂ ਤੇ ਜੇ ਮੈਂ ਵਾਪਸ ਨਾ ਨਾ ਆਇਆ ਤੇ ਫ੍ਰਿਜ ਵਿੱਚ ਮੇਰੇ ਹਿੱਸੇ ਦੀ ਕੁਲਫੀ ਪਈ ਉਹ ਵੀ ਖਾ ਲੈ। ਲੈ ਵਾ ਪੁੱਤਰਾ ਐ ਵੇ ਮੈਂ ਬਣਾਈ ਟਾਈਮ ਟਰੈਵਲ ਮਸ਼ੀਨ। ਅੱਬਾ ਇਹ ਟਾਈਮ ਟਰੈਵਲ ਮਸ਼ੀਨ ਕੱਟ ਤੇ ਮੁਜਰੇ ਵਾਲਾ ਡੈਕ ਜ਼ਿਆਦਾ ਪਿਆ ਲੱਗਦਾ ਹੈ। ਜਾ ਪਰਾਂਵਾੜ ਮੈਂ ਇੰਨੇ ਸਾਲ ਲਾ ਕੇ ਮਿਹਨਤ ਕਰਕੇ ਬਣਾਈਏ ਤੇ ਇਹਨ ਮੈਂ ਉਣਾਨ ਕਰਨਾ ਤੇ ਫਿਰ ਮੈਂ ਜਾਣਾ ਫਿਊਚਰ ਵਿੱਚ ਤੇ ਤੇਰੇ ਦਾਦੇ ਨੂੰ ਲੈ ਕੇ ਆਵਾਂਦਾ। ਅਲਾਬਾ ਤੂੰ ਜਾਣਾ ਤੇ ਜਾ ਪਰ ਐ ਮੇਰੇ ਵਾਸਤੇ ਇੱਥੇ ਛੱਡ ਜਾਈਂ। ਐ ਤੇਰੇ ਵਾਸਤੇ ਛੱਡ ਜਾਂ ਟਾਈਮ ਟਰੈਵਲ ਮਸ਼ੀਨ ਇਹਦੇ ਜ਼ਰੀਏ ਤੇ ਮੈਂ ਫਿਊਚਰ ਵਿੱਚ ਜਾਣਾ ਤੇ ਵਾਪਸੀ ਫਿਰ ਮੈਂ ਕੀ ਕਿਸੇ ਖੋਤੀ ਤੇ ਬਹਿ ਕੇ ਆਉਣਾ। ਅਲਾ ਸਹੀ ਇਹ ਬਾ ਧਿਆਨ ਨਾਲ ਜਾਈਂ। ਉਹ ਧਿਆਨ ਨਾਲ ਮੈਂ ਕਿਹੜਾ ਕੋਈ ਮੋਟਰਸਾਈਕਲ ਤੇ ਬੈਕ ਚੱਲਾਂ। ਲਵਾਨ ਤੇ ਹੋ ਗਈ ਏ। ਓਏ ਓਏ ਦੂਜੀ ਲਾਈਟ ਕਿਉਂ ਨਹੀਂ ਬਲ ਰਹੀ? ਉਹਦੇ ਵਿੱਚ ਕੋਈ ਖਰਾਬੀ ਤੇ ਨਹੀਂ ਆ ਗਈ? ਕੋਈ ਮਸਲਾ ਬਣ ਗਿਆ? ਓਏ ਆ ਵੇਖ ਕੀ ਹੋ ਰਿਹਾ। ਲੈ ਅੱਬਾ ਤੇ ਟੁਰ ਗਿਆ ਪਰ ਮਸ਼ੀਨ ਦੇ ਕਾਗਜ਼ ਤੇ ਇੱਥੇ ਛੱਡ ਗਿਆ। ਇਹ ਕੀ ਲਿਖਿਆ? ਟਾਈਮ ਟਰੈਵਲ ਮਸ਼ੀਨ। ਲਹਾਈ ਤੇ ਅੱਬੇ ਦੀ ਬੜੀ ਗੰਦੀ ਏ। ਹੁਣ ਪਤਾ ਨਹੀਂ ਅੱਬਾ ਦਾਦੇ ਹਰ ਪੈਸੇ ਵਾਪਸ ਲੈ ਕੇ ਆਉਂਦਾ ਕਿ ਨਹੀਂ। ਹਾਂ ਜੀ ਬਿਲਕੁਲ ਤੁਸੀਂ ਠੀਕ ਸੁਣਿਆ। ਇਹਨਾਂ ਦਾ ਵੀ ਟਾਈਮ ਟਰੈਵਲ ਮਸ਼ੀਨ ਬਣਾਉਣ ਦਾ ਮਕਸਦ ਉਹ ਹੀ ਸੀ ਕਿ ਫਿਊਚਰ ਵਿੱਚ ਜਾਣਾ ਤੇ ਪੈਸੇ ਲੈ ਕੇ ਵਾਪਸ ਆਉਣੇ ਨੇ। ਦਾਦੇ ਦੀ ਇਹਨਾਂ ਨੂੰ ਕੋਈ ਪਰਵਾਹ ਨਹੀਂ। ਅਸਲ ਵਿੱਚ ਜਾਣਾ ਤੇ ਇਹਨਾਂ ਫਿਊਚਰ ਵਿੱਚ ਸੀ ਪਰ ਮਸ਼ੀਨ ਦੀ ਖਰਾਬੀ ਦੀ ਵਜ੍ਹਾ ਤੋਂ ਇਹ ਤੇ ਪਾਸਟ ਵਿੱਚ ਆ ਗਏ ਨੇ। ਇਹ ਅੱਗੇ ਜਾਣ ਦੀ ਬਜਾਏ ਬਹੁਤ ਹੀ ਪਿੱਛੇ ਚਲਾ ਗਿਆ 1820 ਵਿੱਚ। ਉਹ ਮਜ਼ਾ ਤੇ ਹੋਣ ਆਵੇਦਾ ਨਾ ਕਿਉਂਕਿ ਇਹ ਤੇ ਨਵਾਂ ਕੱਟਾ ਖੁੱਲ ਗਿਆ। ਓਏ ਕੱਟਾ ਨਹੀਂ ਹੈ, ਇਹ ਤਾਂ ਨਵੀਂ ਖੋਦੀ ਖੁੱਲ ਗਈ ਏ। ਯੈਸ ਆ ਗਿਆ 2085 ਚ। 2085 ਓਏ ਬੰਬਾਰੀ ਦੀ ਆਵਾਜ਼ ਕਿੱਥੋਂ ਆ ਰਹੀ ਏ? ਓਏ ਆ ਕਿੱਥੇ ਆ ਗਏ ਆ? ਇੱਥੇ ਤਾਂ ਕੋਈ ਜੰਗ ਲੱਗੀ ਏ। ਉਸਤਾਦ ਉਹਦੇ ਜੰਗ ਲੱਗੀ ਏ, ਤੂੰ ਕਿਹੜੇ ਕੰਮ ਲੱਗਿਆ? ਜੰਗ ਲੱਗੀ ਏ ਤਾਂ ਹੀ ਧਿਆਨ ਨਿਕਲ ਗਈ। ਓਏ ਫਾਦ ਤੂੰ ਕਿੱਧਰ ਟਾਈਮ ਟਰੈਵਲ ਕਰ ਆਇਆ? ਫਾਦ ਫਾਦ ਕਿਹੜਾ ਤੇ ਨਾਲੇ ਤੈਨੂੰ ਟਾਈਮ ਟਰੈਵਲ ਦਾ ਕਿੰਜ ਪਤਾ? ਤੇਰੀ ਸ਼ਕਲ ਤੇ ਬਿਲਕੁਲ ਮੇਰਾ ਮੁੰਡਾ ਫੌਦ ਉਹਦੇ ਆ ਰੇ ਸੇਮ ਟੂ ਸੇਮ। ਤੇਰਾ ਨਾਂ ਕੀ ਏ? ਕਿਉਂ ਤੂੰ ਭੈਣ ਦੇਣੀ ਏ? ਉਹ ਦੱਸ ਯਾਰ ਨਾਂ ਤੇ ਦੱਸ ਦੇਣਾ। ਉਹ ਨਾਂ ਵੀ ਦੱਸਣਾ ਪਹਿਲਾਂ ਭਾਈ, ਇਹ ਗੱਲ ਤੇ ਦੱਸ 2085 ਤੇ ਨਹੀਂ ਲੱਗਦਾ, ਕਿਹੜੇ ਸਾਲ ਵਿੱਚ ਆ ਗਿਆ ਮੈਂ? ਮੈਂ ਵੀ 2001 ਵਿੱਚ 2050 ਵਿੱਚ ਟਾਈਮ ਟਰੈਵਲ ਕਰਨਾ ਸੀ ਪਰ ਮੈਂ ਅੱਗੇ ਦੀ ਬਜਾਏ ਪਿੱਛੇ ਆ ਗਿਆ। ਹੁਣ ਮੈਂ ਸਨ 1822 ਦਾ ਇੰਤਜ਼ਾਰ ਪਿਆ ਕਰਨਾ ਤੇ ਇਹ 1820 ਚੱਲ ਰਿਹਾ। ਇੱਥੇ ਰੱਖ, ਨਵੀਂ ਕੋਤੀ ਖੁੱਲ ਗਈ ਜੇ। ਉਹ 1820 ਵਿੱਚ ਆ ਗਿਆ ਮੈਂ। ਉਹ ਭਾਈ ਨਾ ਤੇ ਦੱਸ ਦੇ ਨਾ ਕੀ ਏ ਤੇਰਾ? ਉਹ ਨਾ ਤੈਨੂੰ ਹੁਣ ਇੱਥੇ ਕੀ ਦੱਸਾਂ, ਨਾ ਤੇ ਮੇਰਾ ਮਾਦ ਏ। ਮਾਦ? ਉਹ ਮੈਂ ਅਰਸ਼ਦ ਤੇਰਾ ਅੱਬੂ। ਮੈਨੂੰ ਪਤਾ ਸੀ ਤੂੰ ਇੱਕ ਨਾ ਇੱਕ ਦਿਨ ਮੇਰੇ ਫਾਰਮੂਲੇ ਉਹਦੇ ਉੱਤੇ ਟਾਈਮ ਟਰੈਵਲ ਮਸ਼ੀਨ ਬਣਾ ਕੇ ਇੱਥੇ ਹੀ ਆਵੇਂ ਦਾ। ਮਤਲਬ ਤੁਹਾਡੇ ਫਾਰਮੂਲੇ ਤੇ ਤੁਸੀਂ ਵੀ ਅੱਗੇ ਨਹੀਂ ਗਏ, ਇੱਥੇ ਹੀ ਆ ਗਏ ਸੋ ਪਿੱਛੇ ਹੀ? ਇਹ ਵੀ ਸਹੀ ਹੈ। ਉਤਰਾ ਮੈਨੂੰ ਤੇਰੇ ਤੇ ਫਖਰ ਹੈ, ਮੈਨੂੰ ਪੂਰਾ ਯਕੀਨ ਸੀ ਕਿ ਤੂੰ ਵੀ ਮੇਰੇ ਫਾਰਮੂਲੇ ਤੇ ਮਸ਼ੀਨ ਬਣਾ ਕੇ ਤੇ ਇੱਥੇ ਹੀ ਆਉਣਾ ਤੇ ਤੂੰ ਫਿਰ ਇੱਥੋਂ ਮੈਨੂੰ ਵੀ ਪਿਛਾਂ ਲੈ ਜਾਣਾ। ਮੈਨੂੰ ਯਕੀਨ ਸੀ ਤੂੰ ਇੱਕ ਨਾ ਇੱਕ ਦਿਨ ਜ਼ਰੂਰ ਆਵੇਂਦਾ ਤੇ ਮੈਨੂੰ ਇੱਥੋਂ ਬਚਾ ਕੇ ਪਿਛਾਂ ਲੈ ਜਾਂਦਾ।
अबू मेरी मशीन वेच तो चलो थोड़ी जी नहीं खराबी सी, मैं तुहाडे कोल सही आ गया। ते तुहाडी है उमर नू की होया, तुसी थोड़े जी निक्के नहीं हो गए अगे नालों? मेरी मशीन वेच एक और खराबी सी, उस मैनू पिछा कलण दे नाल नाल मेरी उमर नू भी पिछा कर दिता है। मैं ते जिदण इत्थे आया सी मैं ते निक्का जिहा सी, मैं ते पोलियो दे कतरे भी इत्थे ही पीते ने आके। पोलियो दे कतरे स्वादी हुंदे ने ना पुत्र? मात जिदन मैं तुहानू छड्ड के आया सी ना उदन एडा खोंदा सी, ते हुण वेख एडा हो गया। ते अब्बा जी जिदन तुसी सानू छड्ड के गया सी ना उदन तुसी एडे हुंदे सी, हुण एडे रह गए हो, किधर पिछा तो नहीं चले? मैं गाना सुनाना 2023 दा, बड़े ही चासद है। हाय गर्मी डन डन नन नन, हाय गर्मी डन डन डन, हाय गर्मी डी डी। अबे नूरा फतेह दा गाने ही जिस टाइम वो इंज स्टेप लांदी है ना गाने उते इंज इंज करके चौसो आ जांदी है पूरा, क्योंकि होई जे नूरा। अबा वे है मेरी टाइम ट्रैवल मशीन ही, इते ते गाने भी चलदे नहीं। ओ पुत्रा गाने बंद कर दे नहीं ते तेरी भी बैटरी मुक जाएगी। मैं और कोई ना ला गाना, रुक। ਉਹ ਪੁੱਤਰਾ ਨਾ ਸਹੀ ਥੋਤੇ ਕੋ ਗੋਲੀ ਪਾਉਂਦੀ ਆ ਧੋਣੀ ਮੋਢ ਨਿਕਲੋ ਨਿਕਲ। ਅੱਬਾ ਮਸ਼ੀਨ ਇੱਥੇ ਛਪਾ ਦਈਏ ਕੋਈ ਖੋ ਨਾ ਲਵੇ, ਕਿਉਂਕਿ ਇਹਦੇ ਬਗੈਰ ਅਸੀਂ ਵਾਪਸ ਵੀ ਨਹੀਂ ਜਾ ਸਕਦੇ। ਚੱਲ 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 ਆ ਲੋਏ। ਅੱਬਾ ਭੱਜ ਭੱਜ ਕੇ ਬੜਾ ਡਾਢਾ ਪ੍ਰੈਸ਼ਰ ਆ ਗਿਆ। ਵਾਸ਼ਰੂਮ ਦੀ ਜਗ੍ਹਾ ਤੇ ਦੱਸੀ ਕਿ ਵਾਸ਼ਰੂਮ ਕਿਹੜੀ ਸਾਈਡ ਉੱਤੇ? ਪੁੱਤਰਾ ਵੇਖ ਸਾਰਾ ਵਾਸ਼ਰੂਮ ਹੀ ਹੈ, ਸਾਰਾ ਆਪਣੇ ਹੀ ਹੈ। ਉਹ ਇੱਥੇ ਤੇ ਵੱਡੀਆਂ ਵੱਡੀਆਂ ਬਿਲਡਿੰਗਾਂ ਹੁੰਦੀਆਂ ਸਨ, ਹੁਣ ਤਾਂ ਇੱਥੇ ਕਚਰਾ ਹੋਇਆ ਪਿਆ ਹਰ ਚੀਜ਼ ਦਾ। ਅੱਬਾ ਸੱਚ ਇੱਕ ਗੱਲ ਦੱਸ, ਤੂੰ ਵਾਪਸ ਕਿਉਂ ਨਹੀਂ ਆਇਆ ਟਾਈਮ ਟਰੈਵਲ ਕਰਕੇ ਸਾਡੇ ਕੋਲ? ਇਹ ਪੁੱਤਰਾ ਇਹ ਗਾਣੇ ਤੇਰੇ ਕੋਲ ਮੈਂ ਤਾਂ ਹੀ ਬੰਦ ਕਰਾਏ ਨੇ ਕਿਉਂਕਿ ਜਿਹੜੀ ਮੇਰੀ ਟਾਈਮ ਟਰੈਵਲ ਮਸ਼ੀਨ ਸੀ ਨਾ ਉਹਦੀ ਬੈਟਰੀ ਮੁੱਕ ਗਈ ਸੀ। ਤੇ ਅੱਬਾ ਤੂੰ ਕਿਸੇ ਦੇ ਮੀਟਰ ਵਿੱਚ ਵੀ ਤਾਰ ਤੁੰਨ ਕੇ ਉਹਨੂੰ ਚਾਰਜ ਕਰ ਲੈ। ਤੇਰਾ ਪਿਓ ਇੱਥੇ ਬਿਜਲੀ ਲਾ ਕੇ ਗਿਆ ਕਿ ਤੇਰੀ ਮਾਂ? ਇਹ ਯੇ ਚੱਲਦਾ ਪਿਆ 1820, ਇੱਥੇ ਯੇ ਬਿਜਲੀ ਕੋਈ ਨਹੀਂ, ਤੇ ਸਰਕਾਰ ਐਲਾਨ ਕੀਤਾ 1822 ਵਿੱਚ ਬਿਜਲੀ ਲੱਗ ਜਾਏਗੀ, ਤਾਂ ਹੀ ਤੈਨੂੰ ਮੈਂ ਆਖਿਆ ਕਿ 1822 ਦਾ ਮੈਂ ਇੰਤਜ਼ਾਰ ਕਰ ਰਿਹਾ। ਅੱਬਾ ਥੱਲੇ ਬਹਿ ਨਾ, ਤੈਨੂੰ ਮੈਂ ਇੱਕ ਰਾਜ਼ ਦੀ ਗੱਲ ਦੱਸਾਂ। ਤੈਨੂੰ ਮੈਂ ਇੱਥੇ ਲੱਭਣ ਲੁੱਭਣ ਕੋਈ ਨਹੀਂ ਸੀ ਆਇਆ, ਜਿਹੜੀ ਸਿੱਧੀ ਗੱਲ ਹੈ ਟਾਈਮ ਟਰੈਵਲ ਮਸ਼ੀਨ ਅਸਾਂ ਤਾਂ ਬਣਾਈਏ ਕਿ ਫਿਊਚਰ ਵਿੱਚੋਂ ਕੋਈ ਖਜ਼ਾਨਾ ਲੈ ਕੇ ਆਵਾਂ ਦੇ, ਮਤਲਬ ਕਿ ਪੈਸੇ ਤੇ ਕਰਜ਼ਾ ਲਾਵਾਂ ਦੇ, ਕਿਉਂਕਿ 2023 ਤੇ ਸਾਡੇ ਉੱਤੇ ਬੜਾ ਕਰਜ਼ਾ ਚੜੇ। ਇੰਜ ਕਰੀਏ ਹੁਣ ਇੱਥੋਂ ਇਹ ਬੈਂਕ ਬੁੰਕ ਲੁੱਟੀਏ, ਇੱਥੇ ਤੇ ਬੈਂਕ ਵੀ ਕੋਈ ਨਹੀਂ ਹੋਣਾ। ਜੋ ਵੀ ਗੱਲ ਹੈ ਨਾ ਪੈਸੇ ਲੈ ਕੇ ਜਾਣੇ ਨੇ, ਪਿਛਾਉਂ ਜੇ ਨਹੀਂ ਜਾਣਾ। ਪੁੱਤਰਾ ਤੈਨੂੰ ਕੀ ਲੱਗਦਾ ਮੈਂ ਇੱਥੇ 20 ਸਾਲ ਤੋਂ ਰਹਿ ਰਿਹਾ ਤੇ 20 ਸਾਲ ਬਸ ਮੈਂ ਬਿਜਲੀ ਦਾ ਇੰਤਜ਼ਾਰ ਕੀਤਾ? ਮਤਲਬ ਤੋਰ ਤੈਨੂੰ ਮੈਂ ਮਤਲਬ ਵੀ ਸਮਝਾਉਣਾ, ਆ ਮੇਰੇ ਨਾਲ ਅੱਜ। ਪੁੱਤਰਾ ਦਰਖਤ ਵੇਖ ਨਾ ਪਿਆ, ਇੱਥੋਂ ਥੱਲੇ ਹੁਣ ਵੱਟੇ ਚੁੱਕ ਲੈ। ਐੜਾ ਦਰਖਤ ਕੀ ਗੱਲ ਅੱਬਾ, ਇਹਨੇ ਕੀ ਹੋਇਆ? ਇਹਨੂੰ ਵੱਢਣਾ ਤੇ ਨਹੂੰ, ਇਹਨੂੰ ਕੀ ਕਰਨਾ ਹੈ? ਉਹ ਵੱਟੇ ਤੇ ਚੁੱਕ ਥੱਲੋ ਆਪਣਾ ਵੱਟਾ ਲੈ, ਥੱਲੋਂ ਲੈ ਹੁਣ। ਉਹ ਜਾ ਪਹਿਲਾਂ ਟਾਈਮ ਟਰੈਵਲ ਮਸ਼ੀਨ ਲੈ ਕੇ ਆ, ਫਿਰ ਤੈਨੂੰ ਮੈਂ ਦੱਸਣਾ ਅੱਗੋ ਕੀ ਕਰਨਾ। ਤੇ ਆ ਵੱਟਾ ਕੀ ਕਰਾਂ? ਆ ਵੱਟਾ ਉਰਾ ਮੇਨ ਦੇ ਜਾ। ਐ ਲੈ ਅੱਬਾ ਵੱਟੇ ਨਾਲ ਪੂੰਝ ਲੈ ਫਿਰ। ਇੱਥੇ ਇੱਥੇ ਹੀ ਸੀ ਟਾਈਮ ਟਰੈਵਲ ਮਸ਼ੀਨ, ਫਿਰ ਕੀ ਕੋਈ ਬੰਬ ਨਾ ਪੈ ਜਾਏ ਉੱਤੋਂ। ਚੱਲ ਚੱਲ ਨਿਕਲ ਨਿਕਲ, ਇੰਜ ਕਰੀਏ ਜਾਂਦਿਆਂ ਜਾਂਦਿਆਂ ਇੱਕ ਗਾਣਾ ਹੀ ਨਾ ਸੁਣ ਲਈਏ। Anxiety filling up every space, no privacy. And silently, it could build and build until you finally see. Whoa, it's taking over, damn no closure, moving closer. No exposure, I just wanna be a loner. Some can't stay sober, looking over all their shoulders. ਫਿਰ ਗਾਣੇ ਲਾਏ ਨਹੀਂ, ਜੇ ਦੀ ਬੈਟਰੀ ਮੁੱਕ ਗਈ ਤਾਂ 2 ਸਾਲ ਇੰਤਜ਼ਾਰ ਕਰਨਾ ਪੈਣਾ ਹੀ। ਓਏ ਲੈ ਲੈ ਅੱਬਾ ਬੰਦ ਕਰ ਦਿੱਤਾ, ਐ ਲੈ ਅੱਬਾ ਰੱਖ ਦਿੱਤੀ ਇੱਕ ਸਾਈਡ। ਹੁਣ ਤੂੰ ਦੱਸ ਅੱਬਾ ਦਰਖਤ ਦਾ ਕੀ ਕਰਨਾ ਹੈ? ਅੱਬਾ ਇਹਦੇ ਉੱਤੇ ਕਿਸੇ ਦਾ ਸਾਇਆ ਤੇ ਨਹੀਂ? ਆ ਸਾਇਆ ਉੱਤੇ ਤੇਰੀ ਮਾਂ ਦਾ ਸਾਇਆ ਹੈ, ਆ ਵੱਟਾ ਫੜ ਤੇ ਮਾਰ ਤਾਂ ਕਿ ਤੈਨੂੰ ਪਤਾ ਲੱਗੇ ਇੱਥੇ ਮੈਂ 20 ਸਾਲ ਕੀ ਕਰਦਾ ਰਿਹਾ। ਕੀ ਚਿੜੀਆਂ ਉੱਡਣ ਦੀਆਂ? ਓਏ ਤੇਰੀ ਹੈਰ ਹੋ ਜਾਏ ਅੱਬੋ, ਇੰਨਾ ਪੈਸਾ। I love the chase and the hunt, and I set the pace when I'm running. I always take what I want, and I always give it 100. Don't need a bank, no, I'm funded. Play the game like it's nothing. I'm always thankful for something. Don't take for granted, stay humble. Now wake up, it's time to look at the enemy. Look in the mirror if he is no friend to me. It's not working out, maybe it's the chemistry. It's time to break up. Battery, 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 battery low, battery low. Machine the battery low. Power up, power up. 3, 2, 1, power off. ਓਏ ਨੱਚਣਾ ਹੁਣ ਛੱਡ, ਮਸ਼ੀਨ ਲੈ ਕੇ ਆ, ਪੈਸੇ ਲੈ ਕੇ ਵਾਪਸ ਚਲੀਏ ਹੁਣ। ਆਇਆ ਲੈ ਕੇ? ਲੈ ਅੱਬਾ ਆਲਾ ਮਸ਼ੀਨ। ਚੱਲ ਬਟਨ ਦਬਾ ਵਾਪਸ ਚਲੀਏ। ਲੈ ਅੱਬਾ, ਲੈ 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 ਅੱਬਾ। ਹਾਂ ਬੈਟਰੀ ਮੁੱਕ ਗਈ ਏ ਪੁੱਤਰਾ। ਟਨ ਟਨ ਟਨ, ਤੇਰੀ ਭੈਣ ਨੂੰ ਰੁਕ ਸਹੀ, ਤੂੰ ਤੈਨੂੰ ਮੈਂ ਦੱਸਾਂ। Step up, up, up.
ਅੱਬਾ ਵੈਸੇ ਆ ਪੈਸੇ ਵਾਲਾ ਬੈਗ ਚੰਗਾ ਲਿਆਂਦੀ ਕਿਧਰੋਂ ਕਿਸੇ ਅੰਗਰੇਜ਼ ਕੋਲੋਂ ਤਾਂ ਨਹੀਂ ਲੁੱਟਿਆ ਆਹੋ ਇੰਜੀ ਸਮਝ ਲੈ ਕੋਈ ਅੱਛਾ ਤੇ ਵੈਸੇ ਵੇਖ ਲੈ ਅੱਬਾ 2 ਸਾਲ ਕਿਵੇਂ ਲੰਘ ਗਏ ਨੇ ਇੱਥੇ ਸਾਨੂੰ ਪਤਾ ਹੀ ਨਹੀਂ ਲੱਗਾ ਮਿਹਨਤ ਲੱਗਾ ਤੇ ਆ ਬਿਜਲੀ ਲੱਗਣ ਨਹੀਂ ਵਾਲੀ ਆਹੋ ਬਸ ਲੱਗ ਚੱਲੀ ਕਦੋਂ ਲੱਗਣੀ ਹੈ ਬਿਜਲੀ ਕੱਲ ਲੱਗਣੀ ਹੈ ਬਿਜਲੀ ਸਰਕਾਰ ਐਲਾਨ ਕਰ ਦਿੱਤਾ ਲੈ ਕੱਲ ਬਿਜਲੀ ਲੱਗ ਜਾਣੀ ਹੈ ਤੇ ਕੱਲ ਫਿਰ ਅਸਾਂ ਆਪਣੇ ਘਰ ਟੋਰ ਜਾਣਾ ਵੈਸੇ ਅੱਬਾ ਇੱਕ ਗੱਲ ਤੇ ਦੱਸ ਦੁਨੀਆ ਦੀ ਸਾਰ ਨੂੰ ਵੱਡੀ ਜਿਹੜੀ ਤੂੰ ਗਲਤੀ ਕੀਤੀ ਏ ਉਹ ਤੂੰ ਕਿਹੜੀ ਗਲਤੀ ਸਮਝ ਨਾ ਤੂੰ ਕਿਹੜੀ ਸਾਰ ਨੂੰ ਵੱਡੀ ਗਲਤੀ ਕੀਤੀ ਏ ਅੱਬਾ ਮੇਰੇ ਵਾਲੂ ਕੀ ਪਿਆ ਵੇਨਾ ਗਲਤੀ ਕਿਹੜੀ ਕੀਤੀ ਆ ਮੈਂ ਆਹੋ ਕਿ ਤੂੰ ਹੀ ਹੈ ਕਿ ਹੋਰ ਮੈਂ ਕਿਹੜੀ ਗਲਤੀ ਕੀਤੀ ਏ ਅੱਬਾ ਮੈਂ ਗਲਤੀਆਂ ਤੇ ਹੋਰ ਕੀ ਤੂੰ ਜੇ ਉਦੋਂ ਚਵਲ ਨਾ ਮਾਰਦਾ ਤੇ ਅਸਾਂ 2 ਸਾਲ ਪਹਿਲਾਂ ਹੀ ਟੁਰ ਜਾਣਾ ਸੀ ਉਹ ਤੇਰੇ ਗਾਣੇ ਦੇ ਚੱਕਰਾਂ 'ਚ ਸੀ ਹੁਣ ਇੱਥੇ ਫਸੇ ਰਹੇ ਹਾਂ 2 ਸਾਲ ਅਲਾ ਅੱਬਾ ਛੱਡ ਦਫਾ ਕਰ ਗੱਲ ਨੂੰ ਲੱਗ ਗਈ ਏ ਬਿਜਲੀ ਲੱਗਣੀ ਕਿੱਥੇ ਵੇ ਉਹ ਪਤਾ ਲੱਗਾ ਉਹ ਜਿਹੜਾ ਸ਼ੀਮਾ ਖੀਕੀ ਨਹੀਂ ਉਹਦੇ ਡੇਰੇ ਤੇ ਇਫਤਤਾਹ ਹੋਣਾ ਉੱਥੇ ਸਾਰ ਨੂੰ ਪਹਿਲਾਂ ਬਿਜਲੀ ਲੱਗਣੀ ਹੈ ਉਹਦੀ ਮੋਟਰ ਚਲਾਉਣੀ ਨਾ ਤੇ ਹੁਣ ਅਸੀਂ ਉੱਥੇ ਜਾਂਦੇ ਹਾਂ ਉੱਥੋਂ ਥੋੜ੍ਹੀ ਜਿਹੀ ਬਿਜਲੀ ਚੋਰੀ ਕਰਕੇ ਤੇ ਆ ਮਸ਼ੀਨ ਚਾਰਜ ਕਰ ਲੈਂਦੇ ਹਾਂ ਚੱਲ ਟੋਰ ਅੱਬਾ ਪਰ ਆ ਮਸ਼ੀਨ ਤੂੰ ਫੜਨੀ ਹੈ ਤੇ ਆ ਪੈਸੇ ਵਾਲਾ ਬੈਗ ਮੈਂ ਫੜਨਾ ਕਿਉਂਕਿ ਮੈਨੂੰ ਤੇਰੇ ਤੇ ਯਕੀਨ ਕੋਈ ਨਹੀਂ ਕਸਮ ਅੱਲਾ ਦੀ ਮੈਂ ਤੇ ਸੱਚੀ ਦੀ ਗਲਤੀ ਕੀਤੀ ਹੈ ਤੇਰੇ ਜਾਮ ਕੇ ਉੱਠ ਤਾਂ ਹੁਣ ਹਾਏ ਪੈਸਾ ਹਾਏ ਪੈਸਾ ਆ ਗਿਆ ਪੈਸਾ ਚੱਲ ਅੱਬਾ ਉਹ ਸੱਚ ਪੁੱਤਰਾ ਮੈਂ ਤੇਰੇ ਕੋਲ ਇੱਕ ਗੱਲ ਪੁੱਛਣੀ ਸੀ ਕਿ ਜਦੋਂ ਮੈਂ ਸਾਲ 2001 ਵਿੱਚ ਇੱਥੇ ਆਇਆ ਸੀ ਉਦੋਂ ਸ਼ਾਹਰੁਖ ਖਾਨ ਦੀ ਫਿਲਮ ਆਉਣੀ ਸੀ ਬਾਜ਼ੀਗਰ ਉਹ ਆ ਗਈ ਏ ਉਹ ਅੱਬਾ ਉਹਦੇ ਅੱਗੋਂ 2023 ਸ਼ੁਰੂ ਹੋਏ ਆ 2023 ਵਿੱਚ ਵੀ ਉਹਦੀ ਇੱਕ ਆ ਗਈ ਏ ਪਠਾਨ ਉਹ ਬੜੀ ਚਾਸ ਦੀ ਆ ਉਹਦੇ ਵਿੱਚ ਸਲਮਾਨ ਖਾਨ ਵੀ ਆਉਂਦੀ ਇੱਕ ਵਾਰੀ ਅਲਾ ਕਰਨ ਅਰਜੁਨ ਤੇ ਨਹੀਂ ਬਣ ਗਿਆ ਫੇਰ ਲੈ ਬਾਬਾ ਉਹ ਵੇਖ ਬਿਜਲੀ ਤੇ ਮੋਟਰ ਚੱਲੀ ਆ ਤੇ ਬੰਦਾ ਵੀ ਆਲੇ ਦੁਆਲੇ ਕੋਈ ਵੀ ਨਹੀਂ ਇਸ ਤੋਂ ਪਹਿਲਾਂ ਕੋਈ ਆਵੇ ਮਸ਼ੀਨ ਚਾਰਜ ਕਰਕੇ ਤੇ ਇੱਥੋਂ ਨਿਕਲ ਚੱਲੀਏ ਲੈ ਬਾਈ ਇੱਥੇ ਖਲੋ ਮੈਂ ਮਸ਼ੀਨ ਚਾਰਜ ਕਰਨਾ ਇੱਥੋਂ ਥੋੜ੍ਹਾ ਜਿਹਾ ਤਾਰ ਨੂੰ ਟੱਕ ਲਾਉਂਦੇ ਹਾਂ ਓਏ ਪੁੱਤਰਾ ਜਲਦੀ ਕਰੀ ਹੋਵੇ ਸ਼ੀਮਾ ਖੀਕੀ ਪਿਆ ਹੁੰਦਾ ਹੀ ਓਏ ਅੱਬਾ ਚਾਰਜ ਹੋ ਗਈ ਇਹ ਚਾਰਜ ਓਏ ਦਬਾ ਦਬਾ ਉਹ ਬਟਨ ਦਬਾ ਮਸ਼ੀਨ ਦਾ ਨਿਕਲ ਓਏ ਅੱਲਾ ਦਾ ਨਾਂ ਹੀ ਦਬਾ ਬਟਨ ਓਏ ਓਏ ਆ ਦੋਵੇਂ ਗਏ ਕਿਤੇ ਨੇ ਕੋਈ ਗਾਇਬ ਹੋ ਗਏ ਨੇ ਓਏ ਯਾਰ ਇੱਥੇ ਤੇ ਹਰ ਚੀਜ਼ ਪੂਰੀ ਏ ਪਰ ਚੋਰੀ ਕਰਕੇ ਕੀ ਲੈ ਕੇ ਗਏ ਨੇ ਅਸਲ ਵਿਚ ਇਸ ਜਦੋਂ ਟਾਈਮ ਟਰੈਵਲ ਕੀਤਾ ਸੀ ਨਾ ਮੇਰੇ ਅੱਬੂ ਹਰਾਂ ਤੇ ਇਹਨਾਂ ਦੀ ਨਾ ਉਮਰ ਵੀ ਘੱਟ ਗਈ ਸੀ ਤੇ ਮਸ਼ੀਨ ਥੋੜੀ ਜਿਹੀ ਪੁਰਾਣੀ ਸੀ ਨਾ ਅੱਬਾ ਵੀ ਪੁਰਾਣਾ ਹੀ ਹੈ ਤੇ ਇਸ ਵਾਸਤੇ ਉਮਰ ਘੱਟ ਗਈ ਏ ਤੇ ਬੜਾ ਨਿੱਕਾ ਹੁੰਦਾ ਜਦੋਂ ਪਿਛਾਂ ਗਿਆ ਟਾਈਮ ਟਰੈਵਲ ਕਰਕੇ ਬਾਕੀ ਤੂੰ ਛੱਡ ਜਿਹੜੇ ਕੰਮ ਵਾਸਤੇ ਗਏ ਸੀ ਪੈਸਿਆਂ ਦਾ ਫੁੱਲ ਬੈਗ ਏ ਤੇ ਮੁਨਸ਼ੀ ਦਾ ਦੇਣਾ ਨਾ ਕਰਜ਼ਾ ਕਿੰਨੇ ਦੇਣੇ ਨੇ 7 ਲੱਖ ਇਹਦੇ ਵਿੱਚ ਘੱਟ ਤੋਂ ਘੱਟ ਵੀ ਨਾ ਕਰੋੜਾਂ ਦਾ ਮਾਲ ਏ ਕਰੋੜਾਂ ਦਾ 7 ਲੱਖ ਵਿੱਚ ਉਨ ਦੇਣੇ ਆ ਤੇ ਯਾਸ਼ੀ ਦੀ ਜ਼ਿੰਦਗੀ ਗੁਜ਼ਾਰਨੇ ਆ ਬਾਕੀ ਯਾਸ਼ੀ ਤੂੰ ਪੁੱਤਰਾ ਇੱਥੇ ਰੁਕ ਅੱਬਾ ਤੂੰ ਆ ਅਸੀਂ ਚੱਲਨੇ ਆ ਤੇ ਉਹ ਮੁਨਸ਼ੀ ਨੂੰ ਥੋੜੇ ਪੈਸੇ ਦੇਣੇ ਨਾ ਤੁਹਾਨੂੰ ਦੱਸਿਆ ਇਹਨਾਂ ਕਿ 2023 ਚ ਕਰਜ਼ਾ ਦੇਣਾ ਥੋੜਾ ਜਿਹਾ ਕਿਆ ਹੋਈ ਦੇਣਾ ਆ ਜੋ ਦੇ ਆ ਵੀ ਇਹ ਛੁੱਟੀ ਮਾਰ ਕੇ ਓਏ ਹੋਏ ਅੱਬਾ ਬੈਗ ਭਰਾ ਬੜਾ ਲੱਗਦਾ ਬਹੁ ਪੈਸਾ ਓਏ ਆਲਾ ਪੈਸੇ ਆ ਜਿੰਨੇ ਤੇਰੇ ਪੈਸੇ ਬਣਦੇ ਨੇ ਉਹਨੇ ਵਿੱਚ ਆਪਣੇ ਰੱਖ ਲੈ ਤੇ ਬਾਕੀ 2 ਲੱਖ ਉੱਤੇ ਵੀ ਲੈ ਲਈ ਟੈਨਸ਼ਨ ਨਾ ਲੈ ਅੱਬਾ ਤੂੰ ਅਲਾ ਹੁਣ ਤੁਸੀਂ ਮੈਨੂੰ ਠੱਗਣ ਲੱਗੇ ਹੋ ਠੱਗਣ ਕੀ ਲੱਗੇ ਵੇਖੀ ਅੱਬਾ ਬਾਲੇ ਪੈਸੇ ਵੇਖ ਕੇ ਜ਼ਿਆਦਾ ਪੈਸੇ ਵੇਖ ਕੇ ਨਾ ਇਹ ਨੀਅਤ ਖਰਾਬ ਹੋ ਗਈ ਆ ਓਏ ਜਿਹੜੇ ਨੋਟ ਤੁਸੀਂ ਮੇਰੇ ਕੋਲ ਲੈ ਕੇ ਆਏ ਹੋ ਨਾ ਇਹ 100 ਸਾਲ ਪਹਿਲਾਂ ਦੇ ਬੰਦ ਹੋ ਗਏ ਨੇ ਵਿਆਹ ਹੋਏ ਇਹ ਤੇ ਅਸਾਂ ਸੋਚਿਆ ਹੀ ਨਹੀਂ ਕਿ ਉੱਥੋਂ ਜਿਹੜੇ ਪੈਸੇ ਅਸਾਂ ਲੈ ਕੇ ਆਉਣੇ ਨੇ ਉਹ ਤੇ ਇੱਥੇ ਚੱਲਣੇ ਹੀ ਨਹੀਂ ਕਿਉਂਕਿ ਇਹ ਤੇ 100 ਸਾਲ ਪਹਿਲਾਂ ਦੇ ਨੋਟ ਨੇ ਕਿੱਥੇ ਆ ਗਏ ਆ ਉਹ ਦੁਬਈ ਤੇ ਨਹੀਂ ਆ ਗਏ ਨਹੀਂ ਬੋਰਡ ਤੇ ਹੋਵੇਂਦਾ ਨਾ ਮੰਡੀ ਬਾਵਲ ਦੀਨ ਦਾ ਹੀ ਲੱਗੇ ਆ ਆਪਣਾ ਸ਼ਹਿਰ ਹੀ ਏ ਪਰ ਐਡੀਆਂ ਐਡੀਆਂ ਵੱਡੀਆਂ ਬਿਲਡਿੰਗਾਂ ਕਿੱਥੋਂ ਆ ਗਈਆਂ ਨੇ ਓਏ ਉਹ ਵੇਖ ਹੈ ਕੀ ਕਤਰੀਨਾ ਕੈਫ ਦੀ ਨਿੱਕੀ ਕੁੜੀ ਤੇ ਨਹੀਂ ਕਿਧਰੇ ਓ ਨਹੀਂ ਮਾਮਾ 2085 2085 ਚੌਧਰੀ ਟਾਈਮ ਟਰੈਵਲ ਮਸ਼ੀਨ ਬਣਾਈ ਤੇ ਆਇਆ ਪਰ ਮੈਨੂੰ ਸ਼ੱਕ ਕੇ ਪਿਆ ਫੇਰ ਹੀ ਹੈ
हाँ जी उम्मीद है वीडियो ते पसंद आई हो चस आ गई कि नहीं तो जी पार्ट टू आवेदा जल्दी इंशाल्लाह जल्दी जल्दी हम सारे वीर है वीडियो लाइक करो तो शेयर करो जिन्ना हो सकता है यार अपने यार अगर बस एक रिक्वेस्ट थोड़ी है वीडियो नहीं जी एक वायरल करा दो बस तक लेना सबसक्राइब करो फॉलो फुलो कर लो लाइक लू कर लो तो इंशाल्लाह जल्दी पार्ट टू भी आवेगा हाँ तो कमेंट करके दस्या फेवरेट पार्ट वीडियो में कि